ਇੱਕ ਮਰਡਰ ਵਿਜੇ ਕੁਮਾਰ ਦਾ ਹੋਇਆ ਪਿੰਡ ਰਾਮ ਰਾਏਪੁਰ ਦੇ ਵਿੱਚ। ਉਸ ਦੇ ਵਿੱਚ ਇੱਕ ਮੁਕੱਦਮਾ ਨੰਬਰ 97 ਅੰਡਰ ਸੈਕਸ਼ਨ 103 BNS ਰਜਿਸਟਰ ਕੀਤਾ ਗਿਆ। ਉਸ ਦੇ ਵਿੱਚ ਸਾਡੀ ਟੀਮਾਂ ਬਣਾਈਆਂ ਗਈਆਂ, SP ਇਨਵੈਸਟੀਗੇਸ਼ਨ, DSP ਇਨਵੈਸਟੀਗੇਸ਼ਨ, DSP ਨਵਾਂਸ਼ਹਿਰ, SHO ਸਦਰ ਨਾਲ CIA ਅਵਤਾਰ, CIA ਇੰਚਾਰਜ ਅਵਤਾਰ। ਇਹਨਾਂ ਟੀਮਾਂ ਨੇ ਬਹੁਤ ਹੀ ਮਿਹਨਤ ਕੰਮ ਕਰਦੇ ਹੋਏ ਜਿਹੜੇ ਇਹਦੇ ਦੋਸ਼ੀ ਸੀਗੇ, 5 ਦੋਸ਼ੀ ਸੀ, ਉਹਦੇ ਵਿੱਚੋਂ 3 ਨੂੰ ਅਰੈਸਟ ਕਰ ਲਿਆ। ਇਹਨਾਂ 5 ਦੋਸ਼ੀਆਂ ਦੇ ਨਾਮ ਅੰਗਰੇਜ਼ ਚੰਦ ਹੈਗਾ, ਇਹ ਸਦਰ ਨਵਾਂਸ਼ਹਿਰ ਦਾ ਰਹਿਣ ਵਾਲਾ, ਇਹਨੂੰ ਅਰੈਸਟ ਕੀਤਾ ਗਿਆ। ਦੂਜਾ ਗੁਲਸ਼ਨ ਕੁਮਾਰ, ਇਹ ਵੀ ਸਦਰ ਨਵਾਂਸ਼ਹਿਰ ਬਜ਼ਾਰਾ ਖੁਰਦ ਦਾ ਰਹਿਣ ਵਾਲਾ, ਇਹਨੂੰ ਵੀ ਅਰੈਸਟ ਕੀਤਾ ਗਿਆ। ਤੀਸਰਾ ਸੁਨੀਲ ਕੁਮਾਰ, ਇਹਨੂੰ ਵੀ ਅਰੈਸਟ ਕੀਤਾ ਗਿਆ। ਜਿਹੜੇ ਦੂਜੇ 2 ਦੋਸ਼ੀ ਹੈ ਉਹ ਅਜੇ ਅਰੈਸਟ ਕਰਨੇ ਬਾਕੀ ਹੈਗੇ ਆ। ਇਹਦੇ ਵਿੱਚ ਇਹਨਾਂ ਨੂੰ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਅਤੇ ਅੱਗੋਂ ਪੁੱਛਗਿੱਛ ਕੀਤੀ ਜਾਏਗੀ। ਜਿਹੜਾ ਵੈਪਨ ਸੀਗਾ ਇਹਨਾਂ ਨੇ, ਇੱਕ ਗੰਡਾਸੇ ਦਾ ਅਤੇ ਦਾਤਰ ਦਾ ਯੂਜ਼ ਕੀਤਾ ਉਹਨੂੰ ਮਾਰਨ ਦੇ ਲਈ, ਉਹਨੂੰ ਵੀ ਰਿਕਵਰ ਕਰਵਾਇਆ ਜਾਵੇ। ਇਹਨਾਂ ਦਾ ਜੋ ਹੁਣ ਤੱਕ ਸਾਹਮਣੇ ਆਇਆ, ਇਹਨਾਂ ਦੀ ਪੈਸਿਆਂ ਦੇ ਲੈਣ ਦੇਣ ਪਿੱਛੇ ਪਹਿਲਾਂ 29 ਤਰੀਕ ਨੂੰ ਬਹਿਸਬਾਜ਼ੀ ਹੋਈ ਸੀ, ਫਿਰ 30 ਤਰੀਕ ਨੂੰ ਫੋਨ ਦੇ ਉੱਤੇ ਬਹਿਸਬਾਜ਼ੀ ਹੋਈ। ਤਾਂ ਇਹੀ ਜਿਹੜਾ ਮੇਨ ਸਤਨਾਮ ਸ਼ਾਮਾ ਹੈਗਾ ਦੋਸ਼ੀ, ਇਹਦੇ ਵਿੱਚ ਉਹਨੇ ਜਾ ਕੇ ਆਪਣੇ ਫਾਦਰ ਨੂੰ ਦੱਸਿਆ, ਉਹਦਾ ਫਾਦਰ ਅੰਗਰੇਜ਼ ਹੈਗਾ ਜਿਹੜਾ ਅਰੈਸਟ ਹੋ ਚੁੱਕਿਆ, ਅਤੇ ਨਾਲ ਜਿਹੜੇ 3 ਦੋਸ਼ੀ ਹੋਰ ਨੇ, ਇਹਨਾਂ ਨੇ ਮਿਲ ਕੇ ਜਿਹੜਾ ਆ ਕੇ ਉਹਦੇ ਪਿੰਡ ਦੇ ਵਿੱਚ ਰਾਮ ਰਾਏਪੁਰ ਦੇ ਵਿੱਚ ਮੋਟਰ ਦੇ ਉੱਤੇ ਉਹਦਾ ਕਤਲ ਕਰ ਦਿੱਤਾ। ਕਿੰਨੇ ਪੈਸੇ ਲੈਂਦੇ ਸੀ ਇਹਨਾਂ ਦਾ? ਜੋ ਅਜੇ ਤੱਕ ਪਤਾ ਲੱਗਿਆ ਕਿ ਜ਼ਿਆਦਾ ਨਹੀਂ ਸੀ, ਥੋੜ੍ਹੇ ਪੈਸੇ ਦਾ ਲੈਣ ਦੇਣ ਸੀਗਾ, ਬਟ ਇਹਨਾਂ ਦੀ ਆਪਸ 'ਚ ਬਹਿਸਬਾਜ਼ੀ ਜਿਹੜੀ ਉਹ ਜ਼ਿਆਦਾ ਹੋਈ ਅਤੇ ਤਲਕ ਦੇ ਵਿੱਚ ਆ ਕੇ ਇਹਨਾਂ ਨੂੰ ਜਿਹੜਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ। ਨਹੀਂ, ਇਹ ਆਪਸ ਦੇ ਵਿੱਚ ਪੁਰਾਣੇ ਜਾਣਦੇ ਹੈਗੇ ਨੇ, ਪੁਰਾਣੇ ਦੋਸਤ ਨੇ, ਅਤੇ ਪੁਰਾਣੇ ਜਾਣਦੇ ਸੀ, ਇੱਕ ਦੂਜੇ ਨੂੰ ਮਿਲਦੇ ਗਿਲਦੇ ਵੀ ਸੀ, ਬਟ ਕਿਸੇ ਗੱਲ ਪਿੱਛੇ ਇਹਨਾਂ ਦਾ ਆਪਸ ਦੇ ਵਿੱਚ ਪੈਸਿਆਂ ਦਾ ਰੌਲਾ ਪੈ ਗਿਆ। ਨਹੀਂ, ਇਹਨਾਂ ਨੇ ਕਿਸੇ ਵੀ ਚੀਜ਼ ਦੇ, ਇਹ ਤਾਂ ਨਹੀਂ ਹਜੇ ਗੱਲ ਕਲੀਅਰ ਹੈਗੀ ਕਿਸ ਚੀਜ਼ ਦੇ ਪੈਸੇ ਸੀਗੇ, ਕੋਈ ਉਧਾਰ ਹੋ ਸਕਦਾ, ਕੁਛ ਹੋ ਸਕਦਾ। ਹੁਣ ਇਹਨਾਂ ਨੂੰ ਰਿਮਾਂਡ 'ਤੇ ਅਸੀਂ ਲਿਆਵਾਂਗੇ, ਉਸ ਤੋਂ ਬਾਅਦ ਜਿਹੜੀ ਗੱਲ, ਹਾਂਜੀ, ਅੱਜ ਹਜੇ ਪੇਸ਼ ਕਰਨਾ ਇਹਨਾਂ ਨੂੰ, ਪੇਸ਼ ਕਰਨ ਤੋਂ ਬਾਅਦ ਕੁਛ 6 ਵਜੇ ਚਲੇ ਗਿਆ ਮੇਰੇ ਕੋਲੋਂ, 6:30 ਵਜੇ ਘਰੋਂ ਚਾਹ ਪੀ ਕੇ। ਉਹ 7 ਵਜੇ ਮੁੰਡਾ ਆ ਗਿਆ, ਕਹਿੰਦਾ ਭਾਬੀ ਇੱਥੇ ਕਾਲਾ ਵੀ ਆ। ਮੇਰੀ ਬਹੂ ਰੋਟੀ ਪਕਾਉਂਦੀ ਸੀਗੀ ਰਸੋਈ 'ਚ, ਕਹਿੰਦੀ ਇੱਥੇ ਹੈ ਨਹੀਂ ਕਾਲਾ। ਉਹ ਮੁੰਡਾ ਚਲੇ ਗਿਆ, ਉਹ 8 ਵਜੇ ਫਿਰ ਮੈਨੂੰ ਆ ਗਿਆ ਲੈਣ। 8 ਵਜੇ ਮੈਂ ਪਈ ਸੀਗੀ, ਕਹਿੰਦਾ ਆਂਟੀ ਕਾਲਾ ਕਿੱਥੇ ਆ? ਮੈਂ ਕਿਹਾ ਕਾਲਾ ਤਾਂ ਹੈ ਨਹੀਂ ਇੱਥੇ। ਕਹਿੰਦਾ ਉੱਠ ਚੁੰਨੀ ਲੈ ਲਾ, ਮੇਰੇ ਨਾਲ ਚੱਲ। ਮੈਂ ਕਿਹਾ ਕਾਲਾ ਕਿੱਥੇ, ਮੈਨੂੰ ਦੱਸ ਦੇ। ਕਹਿੰਦਾ ਹੈਗਾ ਆ ਕਾਲਾ, ਆ ਜਾ ਮੇਰੇ ਨਾਲ ਬਹਿ ਜਾ, ਮੋਟਰ 'ਤੇ ਨੂੰ ਜਾਣਾ ਛੇਤੀ। ਉਹ ਮੈਨੂੰ ਇਕੱਲੀ ਨੂੰ ਲੈ ਗਿਆ। ਉਹ ਜਦ ਮੈਂ ਉੱਥੇ ਜਾ ਕੇ ਦੇਖਿਆ, ਮੇਰੇ ਪੁੱਤ ਦਾ